ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਆ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਅਤੇ ਇਸ ਵੀਡੀਓ 'ਚ ਤੁਹਾਡੇ ਨਾਲ ਗੱਲ ਕਰਾਂਗੇ ਜਿਹੜਾ ਕਿ ਝੋਨੇ ਦੇ ਸੀਜ਼ਨ ਦੇ ਵਿੱਚ ਵੀ, ਕਣਕ ਦੇ ਸੀਜ਼ਨ ਦੇ ਵਿੱਚ ਵੀ ਬਹੁਤ ਮਹੱਤਵਪੂਰਨ ਛੋਟਾ ਤੱਤ, ਸੂਖਮ ਤੱਤ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ, ਜਿੰਕ ਤੱਤ ਬਾਰੇ ਆਪਾਂ ਗੱਲ ਕਰਨੀ ਆ। ਚਾਹੀਦਾ ਚਾਹੇ ਇਹ ਫਸਲ ਨੂੰ ਘੱਟ ਮਾਤਰਾ ਦੇ ਵਿੱਚ, ਪਰ ਜ਼ਰੂਰਤ ਬਹੁਤ ਵੱਡੀ ਆ ਫਸਲ ਨੂੰ ਇਹਦੀ। ਉਹਦੇ ਬਾਰੇ ਆਪਾਂ ਡਿਟੇਲ 'ਚ ਗੱਲਬਾਤ ਕਰਨੀ ਹੈ ਕਿ ਇਹਦਾ ਕੰਮ ਕੀ ਹੈ, ਘਾਟ ਦੀਆਂ ਨਿਸ਼ਾਨੀਆਂ ਕੀ ਹੈ, ਪੂਰਤੀ ਕਿਵੇਂ ਕਰ ਸਕਦੇ ਹਾਂ, ਇਹਦੀ ਘਾਟ ਨਾਲ ਨੁਕਸਾਨ ਕੀ ਹੁੰਦੇ ਆ। ਜੇ ਕੋਈ ਨਵੇਂ ਕਿਸਾਨ ਵੀ ਜੁੜੇ, ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦੱਬ ਲਓ, ਫੇਸਬੁੱਕ ਪੇਜ 'ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ। ਆਪਣਾ ਮੁੱਖ ਮਕਸਦ ਸੀਮਤ ਖੇਤੀ ਖਰਚਾ ਕਰਕੇ ਚੰਗਾ ਝਾੜ ਲੈਣਾ, ਕਿਸਾਨ ਦਾ ਜਿਹੜਾ ਇੱਕ ਇੱਕ ਪੈਸਾ ਬਚੇ, ਵਾਧੂ ਖਰਚਾ ਆਪਾਂ ਨਾ ਕਰੀਏ ਅਤੇ ਜ਼ਰੂਰਤ ਅਨੁਸਾਰ ਹੀ ਖਾਦ ਖੁਰਾਕ, ਕੀਟਨਾਸ਼ਕ, ਕੁੱਲੀਨਾਸ਼ਕ ਜੋ ਵੀ ਹੈ ਆਪਾਂ ਖੇਤੀ ਸਮੱਗਰੀ ਵਰਤਣੀ ਆ, ਬਿਨਾਂ ਜ਼ਰੂਰਤ ਤੋਂ ਬਿਲਕੁਲ ਵੀ ਨਾ ਵਰਤੀਏ। ਸੋ ਜਿੰਕ ਤੱਤ ਹੈ ਕਿਸਾਨ ਵੀਰੋ, ਜਿੰਕ ਤੱਤ ਦਾ ਕੰਮ ਕੀ ਹੈ? ਸਭ ਤੋਂ ਪਹਿਲਾਂ ਤਾਂ ਇਹਦਾ ਜਿਹੜਾ ਜ਼ਰੂਰੀ ਇਹ ਕਲੋਰੋਫਿਲ ਸਿੰਥੈਸਿਸ ਦੇ ਵਿੱਚ ਮਦਦ ਕਰਦਾ, ਜਿਹੜਾ ਹਰਾ ਮਾਦਾ ਬੂਟਿਆਂ ਦੇ ਵਿੱਚ ਬਣਾਉਣਾ। ਦੂਸਰਾ, ਜਿਹੜੇ ਵੱਖ ਵੱਖ ਤਰ੍ਹਾਂ ਦੇ ਇੰਜਾਈਮ ਚਾਹੀਦੇ ਆ ਮੈਟਾਬੋਲਿਕ ਐਕਟੀਵਿਟੀ ਵਾਸਤੇ, ਜੇ ਆਪਾਂ ਕਹਿ ਦਈਏ ਵੀ ਹਾਜ਼ਮੇ ਵਾਸਤੇ, ਚੀਜ਼ਾਂ ਪਚਾਉਣ ਵਾਸਤੇ ਬੂਟਿਆਂ ਨੂੰ ਮੈਟਾਬੋਲਿਜ਼ਮ ਵਾਸਤੇ, ਅਤੇ ਹਾਰਮੋਨ ਐਕਟੀਵੇਸ਼ਨ ਆ ਜਿਹੜੇ ਉਹ ਇੰਜਾਈਮ ਐਕਟੀਵੇਟ ਹੋਣੇ ਆ ਮੈਟਾਬੋਲਿਜ਼ਮ ਵਾਸਤੇ, ਉਹ ਇੰਜਾਈਮ ਐਕਟੀਵੇਸ਼ਨ ਵਾਸਤੇ ਜਿੰਕ ਬੜਾ ਜ਼ਰੂਰੀ ਆ। ਫਿਰ ਤੁਹਾਡਾ ਹਾਰਮੋਨ ਆਕਸੀਜਨ ਆ ਗਿਆ ਹਾਰਮੋਨ, ਜਿਹੜਾ ਕਿ ਬੂਟੇ ਦੀ ਗਰੋਥ ਦੇ ਵਿੱਚ, ਲੈਂਥ ਵਧਾਉਣ ਦੇ ਵਿੱਚ, ਟਿਪ ਦੇ ਵਿੱਚ ਹੁੰਦਾ ਇਹ ਫਸਲ ਦੀ, ਕੁਰੰਬਲਾਂ ਦੇ ਵਿੱਚ ਆਕਸੀਜਨ ਦੀ ਸਿੰਥੈਸਿਸ ਦੇ ਵਿੱਚ, ਮੈਟਾਬੋਲਿਜ਼ਮ ਦੇ ਵਿੱਚ ਬੜਾ ਮਹੱਤਵਪੂਰਨ ਰੋਲ ਹੈ ਇਹਦਾ, ਜਿੰਕ ਦਾ। ਇੰਡੋਲ ਐਸਟਿਕ ਐਸਿਡ IAA ਜਿਹੜਾ ਕਿ ਜੜ੍ਹਾਂ ਦੀ ਲੇਟਰਲ ਗਰੋਥ ਦੇ ਵਿੱਚ ਮਦਦ ਕਰਦਾ, ਫਸਲ ਦੇ ਵਾਧੇ ਦੇ ਵਿੱਚ ਮਦਦ ਕਰਦਾ, ਇਹ ਹਾਰਮੋਨ ਦੇ ਵਾਸਤੇ ਵੀ ਜਿਹੜਾ ਜਿੰਕ ਬੜਾ ਮਹੱਤਵਪੂਰਨ। ਫਿਰ ਫਸਲ ਦੇ ਵਿੱਚ ਜਦੋਂ ਫਸਲ ਨੇ ਨਿਸਾਰਾ ਕਰਨਾ, ਫਲਾਵਰਿੰਗ ਹੋਣੀ ਹੈ, ਪਰ ਪਰਾਗਕਣ ਜਿਹੜੇ ਹੈਗੇ ਆ ਉਹਨਾਂ ਦੀ ਜਰਮੀਨੇਸ਼ਨ ਵਾਸਤੇ ਅਤੇ ਪਰ ਪਰਾਗਕਣ ਦੀ ਮਜ਼ਬੂਤੀ ਵਾਸਤੇ, ਉਹਦੀ ਸਟਰੈਂਥ ਵਾਸਤੇ, ਉਹਨਾਂ ਨੂੰ ਤਾਕਤ ਦੇਣ ਵਾਸਤੇ, ਤਾਂ ਕਿ ਪੋਲੀਨੇਸ਼ਨ ਆ ਜਿਹੜਾ ਪਰ ਪਰਾਗਣ ਆ ਉਹ ਸਹੀ ਹੋਵੇ, ਦਾਣਾ ਸਹੀ ਬਣਨਾ ਅਤੇ ਸਹੀ ਭਰਨਾ ਸ਼ੁਰੂ ਹੋਵੇ, ਦਾਣੇ ਦੀ ਕੁਆਲਿਟੀ, ਦਾਣੇ ਦਾ ਭਾਰ ਬਣੇ। ਫਿਰ ਹੈਗਾ ਫਸਲ ਨੂੰ, ਜੇ ਇਹਦੀ ਘਾਟ ਰਹਿੰਦੀ ਹੈ ਤਾਂ ਫਸਲ ਦੇ ਵਿੱਚ ਇਮਿਊਨਿਟੀ ਬਹੁਤ ਘੱਟ ਜਾਂਦੀ ਹੈ, ਫਸਲ ਫੋਟ ਘੱਟ ਕਰਦੀ ਹੈ, ਤਾਂ ਰੋਗਾਂ ਪ੍ਰਤੀ ਲੜਨ ਦੇ ਵਿੱਚ ਵੀ ਜਿੰਕ ਆ ਜਿਹੜਾ ਫਸਲ ਨੂੰ ਮਦਦ ਕਰਦਾ। ਇਹਦੀਆਂ ਜੇ ਆਪਾਂ ਕਹਿ ਦਈਏ ਵੀ ਘਾਟ ਦੀਆਂ ਨਿਸ਼ਾਨੀਆਂ ਦੇ ਵਿੱਚ, ਜਿੰਕ ਤੱਤ ਦੀ ਘਾਟ ਆ ਜਿਹੜੀ ਉਹ ਜ਼ਿਆਦਾਤਰ ਜਿਵੇਂ ਆਪਣੇ ਹਾਈ PH ਸੋਇਲ ਆ, 7 ਤੋਂ 8 ਜਿੰਨਾ ਜ਼ਮੀਨਾਂ ਦੀ PH ਹੈ, ਜਿਵੇਂ ਜਿਵੇਂ PH ਵੱਧਦੀ ਜਾਂਦੀ ਉਵੇਂ ਉਵੇਂ ਜਿੰਕ ਦੀ ਅਵੇਲੇਬਿਲਟੀ ਘੱਟਦੀ ਆ, ਫਸਲ ਨੂੰ ਜਿਹੜੀ ਜਿੰਕ ਦੀ ਅਵੇਲੇਬਿਲਟੀ ਜ਼ਮੀਨ ਦੇ ਵਿੱਚ ਘੱਟਦੀ ਜਾਂਦੀ, ਫਸਲ ਖੁਰਾਕੀ ਤੱਤ ਪੂਰੇ ਜਿਹੜੇ ਹੈਗੇ ਲੈ ਨਹੀਂ ਪਾਉਂਦੇ, ਜਾਂ ਕਣਕ ਝੋਨਾ ਫਸਲੀ ਚੱਕਰ ਦੇ ਵਿੱਚ ਖਾਸ ਤੌਰ 'ਤੇ ਜਿੰਕ, ਮੈਗਨੀਜ, ਲੋਹਾ ਤੱਤ ਛੋਟੇ ਤੱਤਾਂ ਦੇ ਵਿੱਚੋਂ ਇਹ ਮੁੱਖ ਤੌਰ 'ਤੇ ਘਾਟਾਂ ਆਉਂਦੀਆਂ ਨੇ, ਜਿੰਕ ਅਤੇ ਲੋਹਾ ਝੋਨੇ 'ਚ ਅਤੇ ਜਿੰਕ ਅਤੇ ਮੈਗਨੀਜ ਕਣਕ ਦੇ ਵਿੱਚ। ਤਾਂ ਜਿੱਥੇ PH ਹਾਈ ਆ ਉੱਥੇ ਵੀ ਜਿਹੜੀ ਹੈਗੀ ਹੈ ਇਹਦੀ ਜਿਹੜੀ ਜਿੰਕ ਆ ਉਹ ਘਾਟ ਆਉਂਦੀ ਆਉਂਦੀ ਆ, ਜਿੱਥੇ ਜ਼ਮੀਨ 'ਚ ਫਾਸਫੋਰਸ ਵੱਧ ਹੈ ਉੱਥੇ ਵੀ ਘਾਟ ਆਉਂਦੀ ਆਉਂਦੀ ਹੈ, ਜਿੱਥੇ ਮੈਗਨੀਸ਼ੀਅਮ ਟੂ ਕੈਲਸ਼ੀਅਮ ਰੇਸ਼ੋ ਜ਼ਿਆਦਾ ਹੈ ਉੱਥੇ ਵੀ ਇਹਦੀ ਘਾਟ ਆਉਂਦੀ ਆਉਂਦੀ ਹੈ। ਸੋਡਿਕ ਸੋਇਲ ਜਿੱਥੇ ਕਾਲਾ ਸ਼ੂਰਾ ਆਪਾਂ ਕਹਿ ਦਈਏ, ਸੋਡੀਅਮ ਵਾਲੇ ਸਾਲਟ ਜ਼ਿਆਦਾ ਹੈ, ਜਿੱਥੇ ਬਾਈਕਾਰਬੋਨੇਟ ਜ਼ਿਆਦਾ ਹੈ ਉੱਥੇ ਵੀ ਜਿੰਕ ਦੀ ਘਾਟ ਆਉਂਦੀ ਆਉਂਦੀ ਆ। ਸੋ ਇਹ ਬੜਾ ਮਹੱਤਵਪੂਰਨ ਹੋ ਜਾਂਦਾ ਕਿ ਜਿੰਕ ਨੂੰ ਆਪਾਂ ਫਸਲ ਨੂੰ ਸਹੀ ਮਾਤਰਾ ਦੇ ਵਿੱਚ ਸਪਲਾਈ ਕਰੀਏ।
ਇਹਦੀ ਘਾਟ ਜਿਹੜੀ ਹੈਗੀ ਆ ਫਸਲ ਲਾਉਣ ਤੋਂ ਝੋਨੇ ਦੇ ਵਿੱਚ ਮੈਂ ਗੱਲ ਕਰਾਂ ਤਾਂ 2 ਤੋਂ 3 ਹਫ਼ਤਿਆਂ 'ਤੇ ਇਹਦੀ ਘਾਟ ਦੀ ਨਿਸ਼ਾਨੀ ਨਜ਼ਰ ਆਉਂਦੀ ਹੈ ਕਿਉਂਕਿ ਇਹ ਬੂਟਿਆਂ ਦੇ ਵਿੱਚ ਬਹੁਤ ਘੱਟ ਮੂਵ ਕਰਦੀ ਹੈ ਮਤਲਬ ਲੈੱਸ ਮੋਬਾਈਲ ਹੈ ਥੋੜ੍ਹੀ ਬਹੁਤੀ ਤਾਂ ਮੂਵ ਕਰਦੀ ਹੈ ਇਸ ਕਰਕੇ ਇਹਦੀ ਘਾਟ ਆ ਜਿਹੜੀ ਉੱਪਰੋਂ ਦੂਜੇ ਤੀਜੇ ਪੱਤੇ ਦੇ ਵਿੱਚ ਜੇ ਆਪਾਂ ਕਹਿ ਲਈਏ ਵਿਚਕਾਰਲਿਆਂ ਪੱਤਿਆਂ ਦੇ ਵਿੱਚ ਜਿਹੜੀ ਜ਼ਿਆਦਾਤਰ ਦਿਖਾਈ ਦਿੰਦੀ ਆ ਪੱਤਿਆਂ ਦੇ ਉੱਤੇ ਭੂਰੇ ਰੰਗ ਦੇ ਜੰਗਾਲੇ ਰੰਗ ਦੇ ਧੱਬੇ ਪੈਂਦੇ ਆ ਲਸਰਾਂ ਜਿਹੀਆਂ ਬਣ ਜਾਂਦੀਆਂ ਨੇ ਬੂਟੇ ਮਧਰੇ ਰਹਿ ਜਾਂਦੇ ਆ ਬੂਟਾ ਫੋਟ ਨਹੀਂ ਕਰਦਾ ਪੱਤੇ ਦੀ ਵਿਚਕਾਰਲੀ ਨਾੜ ਦਾ ਰੰਗ ਬਦਲ ਜਾਂਦਾ ਹੌਲੀ ਹੌਲੀ ਫਿਰ ਜੇ ਇਹਦੀ ਡੈਫੀਸ਼ੈਂਸੀ ਆਪਾਂ ਪੂਰੀ ਨਾ ਕਰੀਏ ਤਾਂ ਫਿਰ ਜਿਹੜੇ ਬੂਟੇ ਉਹ ਦੋਗੀਆਂ 'ਚ ਮਰਨੇ ਸ਼ੁਰੂ ਹੋ ਜਾਂਦੇ ਆ ਕਈ ਵਾਰ ਆਪਾਂ ਦੇਖਦੇ ਹਾਂ ਕਿ ਪਨੀਰੀ ਲਾਉਣ ਤੋਂ 2 ਹਫ਼ਤਿਆਂ ਬਾਅਦ ਹੀ ਜਿਹੜਾ ਪੱਤੇ ਆ ਉਹ ਜਿਹੜੇ ਵਿਚਕਾਰਲੇ ਪੱਤੇ ਹੁੰਦੇ ਆ ਉਹ ਵਿਚਾਲਿਓਂ ਟੁੱਟ ਟੁੱਟ ਕੇ ਲਮਕਣ ਲੱਗ ਪੈਂਦੇ ਆ ਇਹ ਜਿੰਕ ਦੀ ਘਾਟ ਦੀ ਜਿਹੜੀਆਂ ਨਿਸ਼ਾਨੀਆਂ ਨੇ ਜਿੱਥੇ ਲਗਾਤਾਰ ਸਮਰਜੈਂਸ਼ ਹੁੰਦੀ ਹੈ ਮੰਨ ਲਓ ਵੀ ਆਪਾਂ ਲਗਾਤਾਰ ਹੀ ਪਾਣੀ ਖੇਤਾਂ ਦੇ ਵਿੱਚ ਖੜ੍ਹਾ ਰੱਖਦੇ ਹਾਂ ਉੱਥੇ ਜਿੰਕ ਦੀ ਘਾਟ ਜ਼ਿਆਦਾ ਆਉਂਦੀ ਹੈ ਖਾਸ ਤੌਰ 'ਤੇ 15 ਤੋਂ 20 ਦਿਨ ਤੋਂ ਜਾ ਕੇ ਜਿਹੜੀ ਜ਼ਮੀਨ ਨੂੰ ਹਵਾ ਲਵਾਉਣੀ ਚਾਹੀਦੀ ਆ ਤਾਂ ਇਹ ਜਿੰਕ ਦੀਆਂ ਨਿਸ਼ਾਨੀਆਂ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਤੁਹਾਨੂੰ ਮੈਂ ਦੱਸਤੀਆਂ ਇਦੋਂ ਬਾਅਦ ਜੇ ਆ ਗਿਆ ਕਿ ਆਪਾਂ ਜਿੰਕ ਤੱਤ ਦੀ ਪੂਰਤੀ ਕਰਨੀ ਕਿਵੇਂ ਆ ਜਿੰਕ ਕਈ ਤਰ੍ਹਾਂ ਦੀ ਫਾਰਮੂਲੇਸ਼ਨ 'ਚ ਆਉਂਦੀ ਹੈ ਜਿੰਕ ਸਲਫੇਟ 21% ਜਿੰਕ ਸਲਫੇਟ 33% ਜਿੰਕ ਆ ਜਿਹੜੀ ਉਹ ਚਲੇਟਡ ਜਿੰਕ 12% ਵਾਲੀ ਇੱਕ ਜਿੰਕ HEDP ਆਉਂਦੀ ਆ 17% ਵਾਲੀ ਇੱਕ ਜਿੰਕ ਆਕਸਾਈਡ ਆਉਂਦੀ ਆ 39.5% ਵਾਲੀ ਜਿਹੜੀ ਜਿੰਕ ਆਕਸਾਈਡ ਆ ਉਹ ਹੈਗੀ ਆ ਸੀਡ ਨੂੰ ਜਿਹੜੀ ਲਾਉਣ ਵਾਸਤੇ ਜਾਂ ਜੜ੍ਹਾਂ ਦੀ ਸੋਧ ਵਾਸਤੇ ਮਤਲਬ ਜੜ੍ਹਾਂ ਜਦੋਂ ਪਨੀਰੀ ਆਪਾਂ ਲਾਉਣੀ ਆ ਜਾਂ ਕੋਈ ਵੀ ਬੂਟੇ ਹੁੰਦੇ ਉਹਦੀ ਜੜ੍ਹਾਂ ਦੇ ਵਿੱਚ ਮਤਲਬ ਉਹਦੇ ਘੋਲ ਦੇ ਵਿੱਚ ਜਿੰਕ ਆਕਸਾਈਡ ਦੇ ਘੋਲ 'ਚ ਜੜ੍ਹਾਂ ਡਿੱਪ ਕਰਨੀਆਂ ਹੁੰਦੀਆਂ ਉਹ ਜਿਹੜਾ ਸਹੀ ਤਰੀਕਾ ਜਿੰਕ ਆਕਸਾਈਡ ਦੇਣ ਦਾ ਫਿਰ ਆ ਗਿਆ ਇਹ ਜਿੰਕ ਚਲੇਟਡ ਆ ਜਾਂ HEDP 21% 33% 'ਚੋਂ ਜੇ ਤੁਸੀਂ ਕਹੋ 21 ਜਾਂ 33% ਜਿੰਕ ਸਲਫੇਟ ਆ ਜਿਹੜਾ ਉਹ ਵਧੀਆ ਰਹਿੰਦਾ ਕਿਉਂਕਿ ਇੱਕ ਤਾਂ ਇਹਦੀ ਐਸਿਡ ਫਾਰਮਿੰਗ ਟੈਂਡੈਂਸੀ ਆ PHA ਡਾਊਨ ਥੋੜ੍ਹੀ ਜਿਹੀ ਮਤਲਬ ਘੋਲ ਦੀ ਕਰਦਾ ਦੂਸਰਾ ਇਹ 'ਚ ਸਲਫਰ ਹੁੰਦਾ ਥੋੜ੍ਹੀ ਜਿਹੀ ਕੁਆਂਟਿਟੀ ਦੇ ਵਿੱਚ ਜਿਵੇਂ 21% 'ਚ 10% ਸਲਫਰ ਹੁੰਦਾ 21% ਵਾਲੇ ਜਿੰਕ 'ਚ 33% ਵਾਲੇ 'ਚ 15% ਸਲਫਰ ਹੁੰਦਾ ਤਾਂ ਉਹ ਵੀ ਥੋੜ੍ਹੀ ਬਹੁਤੀ ਕੁਆਂਟਿਟੀ ਦੇ ਵਿੱਚ ਮਿਲ ਜਾਂਦਾ ਅਤੇ ਬਹੁਤ ਵਧੀਆ ਫਾਰਮੂਲੇਸ਼ਨ ਹੁੰਦੀ ਹੈ 21 ਜਾਂ 33 ਅਤੇ ਮੈਂ ਵੀ ਤੁਹਾਨੂੰ ਇਹੀ ਰਿਕਮੈਂਡ ਕਰਦਾ ਹੁੰਦਾ ਅਤੇ PIU ਲੁਧਿਆਣਾ ਵੀ ਇਹੀ ਸਿਫਾਰਿਸ਼ ਆ ਕਿ 21% ਜਾਂ 33% ਵਾਲੀ ਜਿੰਕ ਆਪਾਂ ਵਰਤਣੀ ਆ ਜਿੱਥੇ ਬਹੁਤ ਜ਼ਿਆਦਾ ਘਾਟ ਆਉਂਦੀ ਹੈ ਪਿਛਲੇ ਸਾਲਾਂ 'ਚ ਉੱਥੇ ਤੁਸੀਂ 20 ਤੋਂ 25 ਕਿਲੋ 21% ਵਾਲੀ ਜਾਂ 16 ਕਿਲੋ 33% ਵਾਲੀ ਜਾਂ ਫਿਰ ਜੇ ਧੌੜੀਆਂ 'ਚ ਘਾਟ ਆਉਂਦੀ ਹੈ ਤਾਂ ਉੱਥੇ ਫਿਰ ਤੁਸੀਂ ਰੇਤਾ ਦੇ ਵਿੱਚ ਰਲਾ ਕੇ ਜਿਹੜੀ 10 ਕਿਲੋ ਜਿੰਕ ਜਿਹੜੀ 21% ਵਾਲੀ ਜਾਂ 6.5 ਕਿਲੋ 33% ਵਾਲੀ ਬਰਾਬਰ ਦੀ ਮਿੱਟੀ ਦੇ ਵਿੱਚ ਰਲਾ ਕੇ ਅਤੇ ਉੱਥੇ ਦੋਗੀਆਂ ਦੇ ਵਿੱਚ ਆਪਾਂ ਛਿੱਟਾ ਦੇ ਸਕਦੇ ਹੁੰਦੇ ਹਾਂ ਜਾਂ ਫਿਰ ਮੈਂ ਤੁਹਾਨੂੰ ਜਿਹੜੀ ਜਿੰਕ ਸਪਰੇਅ ਆ ਉਹ ਫਾਰਮੂਲੇਸ਼ਨ ਦੱਸਦਾ ਹੁੰਦਾ ਕਿ ਜਿੰਕ ਲੋਹਾ ਕਲੀ ਦਾ ਪਾਣੀ ਯੂਰੀਆ ਉਹਦਾ ਵੀ ਬਹੁਤ ਵਧੀਆ ਨਤੀਜਾ ਮਿਲਦਾ ਕਹਿਣ ਦਾ ਮਤਲਬ ਕਿ ਆਪਾਂ ਜਿੰਕ ਪੂਰੀ ਕਰਨੀ ਆ ਜਿਹੜੇ ਹੈਗੇ ਤੁਹਾਡੀ ਚਲੇਟਡ ਅਤੇ HEDP ਫੋਰਮ 12% ਜਾਂ 17% ਤੁਸੀਂ ਦੇਖੋ ਜਿਹੜੀ 1 ਕਿਲੋ 21% ਜਿੰਕ ਆ ਉਹਦੇ ਕਿਲੋ 'ਚ 210 ਗ੍ਰਾਮ ਜਿੰਕ ਮਿਲਣੀ ਹੈ ਜਿਹੜੀ 33 ਆ ਉਹਦੇ ਕਿਲੋ ਦੇ ਵਿੱਚੋਂ 330 ਗ੍ਰਾਮ ਜਿੰਕ ਮਿਲਣੀ ਹੈ ਜਿਹੜੀ ਚਲੇਟਡ ਆ ਉਹਦੇ ਵਿੱਚ 12% ਆ 1 ਕਿਲੋ ਮਗਰ 120 ਗ੍ਰਾਮ ਆ ਦੂਸਰੀ 1 ਕਿਲੋ ਮਗਰ 170 ਗ੍ਰਾਮ ਆ ਇਹ ਤੁਸੀਂ ਆਪਣੀ ਜੇਬ ਦੇਖੋ ਕਿ ਅਸੀਂ ਉਹਦਾ ਕੰਟੈਂਟ ਆ ਜਿਹੜਾ ਉਹਦੇ ਨਾਲ ਪੂਰਾ ਕਰ ਸਕਦੇ ਜਾਂ ਆਪਾਂ ਨੂੰ ਮਹਿੰਗੀ ਸਸਤੀ ਕਿਹੜੀ ਪੈਂਦੀ ਆ ਇਸ ਕਰਕੇ ਹੀ ਤੁਹਾਨੂੰ ਕਹੀਦਾ ਹੁੰਦਾ ਕਿ ਰਿਜ਼ਲਟ ਆ ਜਿਹੜਾ ਕਿਉਂਕਿ ਉਹਦੀ ਕੁਆਂਟਿਟੀ ਤੁਹਾਨੂੰ ਪਾਉਣੀ ਬੜੀ ਔਖੀ ਹੋ ਜੂ ਜੇ ਤੁਸੀਂ 210 ਗ੍ਰਾਮ ਜਿੰਕ ਲੈਣੀ ਆ ਤਾਂ 2 ਕਿਲੋ ਚਲੇਟਰ 'ਚ 220 ਗ੍ਰਾਮ ਦੇ ਕਰੀਬ ਤੁਹਾਨੂੰ ਜਿਹੜੀ ਜਿੰਕ ਕੰਟੈਂਟ ਮਿਲਣਾ ਇਹਦੇ ਵਿੱਚ ਕੀ ਹੁੰਦਾ ਕਿ ਕਈ ਵਾਰ ਤੁਹਾਨੂੰ ਦੱਸਿਆ ਜਾਂਦਾ ਕਿ ਇਹ ਤਾਂ ਬਹੁਤ ਜ਼ਿਆਦਾ ਜਿਹੜੀ ਕੰਸਨਟ੍ਰੇਟਡ ਜਿੰਕ ਜਾਂ ਹੈ ਤਾਂ 12% ਆ ਹੁਣ ਜਿਹੜੀ ਜਿਵੇਂ 13-0 ਜਾਂ ਹੋਰ 19-19 NPK ਵਗੈਰਾ ਹੈਗੇ ਆ ਉਹਨਾਂ ਦੇ ਵੀ ਕਹਿਣ ਲੱਗ ਪਏ ਜੀ ਇਹ HD ਫਾਰਮ ਆ ਗਈ ਜਾਂ ਉਹ ਰੇਟ ਆਪਾਂ ਨੂੰ ਜਿਹੜਾ ਮਹਿੰਗੇ 'ਤੇ ਮਿਲਦਾ ਸੋ ਇਹ ਚੀਜ਼ਾਂ ਤੁਸੀਂ ਆਪਣੀ ਜੇਬ ਦੇਖ ਕੇ ਕਰਿਆ ਕਰੋ ਮੈਂ ਤੁਹਾਨੂੰ ਹਮੇਸ਼ਾ 21 ਜਾਂ 33 ਦੀ ਰਿਕਮੈਂਡੇਸ਼ਨ ਕਰੂੰਗਾ ਇਹਨਾਂ ਦੀ ਵਰਤੋਂ ਕਰੋ ਸਭ ਤੋਂ ਵਧੀਆ ਟਾਈਮ ਆ ਜਿਹੜਾ
ਜਦੋਂ ਤੁਸੀਂ ਝੋਨੇ ਦੇ ਵਿੱਚ 15 ਤੋਂ 20 ਦਿਨ 'ਤੇ ਪਾਣੀ ਘਟਾਉਣਾ, ਕਿਉਂਕਿ ਜ਼ਮੀਨ ਨੂੰ ਹਵਾ ਲੱਗਣੀ ਬੜੀ ਜ਼ਰੂਰੀ ਆ, ਖੜ੍ਹੇ ਪਾਣੀ 'ਚ ਤੁਸੀਂ ਜਿੰਕ ਪਾਤੀ, ਉਦੋਂ ਬਾਅਦ ਤੁਸੀਂ ਪਾਣੀ ਸੁਕਾ ਨਹੀਂ ਰਹੇ ਤਾਂ ਉਹ ਜਿੰਕ ਪਾਈ ਦਾ ਵੀ ਕੋਈ ਫਾਇਦਾ ਨਹੀਂ ਹੈ। ਜਦੋਂ ਤੁਸੀਂ ਜਿੰਕ ਪਾਉਣੀ ਆ 15-18 ਦਿਨ 'ਤੇ, ਕਿਉਂਕਿ 2 ਤੋਂ 3 ਹਫ਼ਤੇ 'ਤੇ ਘਾਟ ਆਉਂਦੀ ਆ, ਉਦੋਂ ਤੁਸੀਂ ਜਿੰਕ ਪਾਓ, ਪਾਣੀ ਮਤਲਬ ਘਟਾ ਦਿਓ, ਖੇਤ ਨੂੰ ਹਵਾ ਚੰਗੀ ਤਰ੍ਹਾਂ ਲਵਾ ਕੇ ਅਤੇ ਫਿਰ ਜਿਹੜਾ ਹੈਗਾ ਦੁਬਾਰਾ ਤੁਸੀਂ ਪਾਣੀ ਹੈ ਜਿਹੜਾ ਖੇਤ ਦੇ ਵਿੱਚ ਦੁਬਾਰਾ ਉਹਦੇ ਵਿੱਚ ਪਾਣੀ ਭਰ ਸਕਦੇ। ਬਸ ਪਾਣੀ ਇੱਕ ਵਾਰੀ ਭਰੋ, ਫਿਰ ਹਵਾ ਲਵਾ ਦਿਓ, ਤਾਂ ਫਿਰ ਜਿਹੜਾ ਆਕਸੀਡੇਟਿਵ ਕੰਡੀਸ਼ਨਾਂ ਦੇ ਵਿੱਚ ਨਾ, ਜਿੱਥੇ ਰਿਡੋਕਸ ਪੋਟੈਂਸ਼ੀਅਲ ਘੱਟ ਹੈ ਜਾਂ ਸਬਮਰਜ ਕੰਡੀਸ਼ਨ ਆ, ਉੱਥੇ ਜਿਹੜਾ ਜਿੰਕ ਦੀ ਅਵੇਲੇਬਿਲਟੀ ਹਮੇਸ਼ਾ ਘੱਟਦੀ। ਇਹ ਗੱਲ ਯਾਦ ਰੱਖੋ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ।